ਦਿਆਂ ਮੇਰੀ ਆਈਡੀ ਤੇ ਸਦਮ ਸਿੱਧੇ ਹੋ ਕੇ ਮੈਨੂੰ ਮੈਸੇਜ ਕਰ ਲਓ ਆ ਜਾਓ ਜਿਹਨੇ ਜਿੱਥੇ ਮਿਲਣਾ ਉਹਨੂੰ ਉੱਥੇ ਆ ਕੇ ਮਿਲੂੰਗਾ ਤੇ ਦੱਸੂੰਗਾ ਮੈਂ ਚੀਜ਼ ਕੀ ਹੈ ਠੀਕ ਆ ਉਹ ਵੱਡੇ ਫੁੱਫੜ ਦੀਆਂ ਮੈਂ ਤਾਂ ਬਹੁਤ ਟਾਈਮ ਪਹਿਲਾਂ ਕਰਾਈਆਂ ਹੋਈਆਂ ਤੁਹਾਡੇ ਦੀਆਂ ਤੇ ਆ ਨਿੱਕੇ ਦੀਆਂ ਤਾਂ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਯੱਟ ਵਾਚ ਚੈਨਲ ਇੱਕ ਨਵੀਂ ਵੀਡੀਓ ਵਿੱਚ ਤਾਂ ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਸੁਲਤਾਨ ਅਤੇ ਪ੍ਰੇਮ ਢਿੱਲੋਂ ਦੀ ਕੰਟਰੋਵਰਸੀ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਅਤੇ ਦੋਨਾਂ ਵੱਲੋਂ ਹੀ ਇੱਕ ਦੂਜੇ ਨੂੰ ਰਿਪਲਾਈ ਕੀਤੇ ਜਾ ਰਹੇ ਹਨ ਸਭ ਤੋਂ ਪਹਿਲਾਂ ਪ੍ਰੇਮ ਢਿੱਲੋਂ ਨੇ ਆਪਣੇ ਗੀਤ ਰਾਹੀਂ ਸੁਲਤਾਨ ਨੂੰ ਰਿਪਲਾਈ ਕੀਤਾ ਸੀ ਜਿਸ ਤੋਂ ਬਾਅਦ ਸੁਲਤਾਨ ਦੇ ਫਰੈਂਡ ਵੱਲੋਂ ਵੀ ਉਹਨਾਂ ਨੂੰ ਸਿੱਧੇ ਤੌਰ 'ਤੇ ਰਿਪਲਾਈ ਕੀਤਾ ਗਿਆ ਸੀ ਦੋਸਤੋ ਹੁਣ ਇੱਕ ਵਾਰ ਫਿਰ ਤੋਂ ਸੁਲਤਾਨ ਦੇ ਫਰੈਂਡ ਗੈਵੀ ਧਾਲੀਵਾਲ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ਪਾ ਕੇ ਸਿੱਧੇ ਤੌਰ 'ਤੇ ਪ੍ਰੇਮ ਢਿੱਲੋਂ ਨੂੰ ਰਿਪਲਾਈ ਕੀਤਾ ਗਿਆ ਹੈ ਜਿਸ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਮਾਸਟਰ ਤੁਹਾਡੇ ਤੋਂ ਤਾਂ ਪਹਿਲਾਂ ਹੀ ਮਾਫ਼ੀ ਮੰਗਾ ਲਈ ਸੀ ਅਤੇ ਨਾਲ ਦੀ ਨਾਲ ਹੁਣ ਉਹਨਾਂ ਦੇ ਫੈਨਸ ਨੂੰ ਵੀ ਸੁਲਤਾਨ ਦੇ ਫਰੈਂਡ ਨੇ ਠੋਕਿਆ ਦੋਸਤੋ ਆਓ ਤੁਹਾਨੂੰ ਲੈ ਚੱਲਦੇ ਹਾਂ ਉਸ ਵੀਡੀਓ ਵੱਲ ਜਿਸ ਵਿੱਚ ਸੁਲਤਾਨ ਦੇ ਫਰੈਂਡ ਗੈਵੀ ਧਾਲੀਵਾਲ ਸਿੱਧੇ ਤੌਰ 'ਤੇ ਪ੍ਰੇਮ ਢਿੱਲੋਂ ਨੂੰ ਰਿਪਲਾਈ ਕਰਦਾ ਦਿਖਾਈ ਦੇ ਰਿਹਾ ਆਓ ਦੇਖੋ ਵੀਡੀਓ ਲੰਡੂ ਜਿਹੜੇ ਕਮੈਂਟ ਕਰਦੇ ਆ ਨਾ ਦੁੱਕੀ ਦੇ ਬੰਦੇ ਨੇ ਜਿਹੜੇ ਚੌਲਾਂ ਇਹਨਾਂ ਨੂੰ ਪਤਾ ਨਹੀਂ ਫੁੱਫੜ ਹੈ ਕੌਣ ਉਹਨਾਂ ਨੂੰ ਮੈਂ ਦੱਸਦਾ ਬੁੜਾ ਢੱਡਾ ਰਾਤੀ ਮਾਫ਼ੀ ਮੰਗ ਗਿਆ ਵਾ ਪਹਿਲਾਂ ਹੀ ਭਗੌੜਾ ਫੈਲਦੇ ਆ ਮੇਰੀ ਆਈ ਡੀ 'ਤੇ ਸਦਮ ਸਿੱਧੇ ਹੋ ਕੇ ਮੈਨੂੰ ਮੈਸੇਜ ਕਰ ਲਓ ਆ ਜਾਓ ਜਿਹਨੇ ਜਿੱਥੇ ਮਿਲਣਾ ਉਹਨੂੰ ਉੱਥੇ ਆ ਕੇ ਮਿਲੂੰਗਾ ਅਤੇ ਦੱਸੂੰਗਾ ਮੈਂ ਚੀਜ਼ ਕੀ ਹੈ ਠੀਕ ਆ ਉਹ ਵੱਡੇ ਫੁੱਫੜ ਦੀਆਂ ਮੈਂ ਤਾਂ ਬਹੁਤ ਟਾਈਮ ਪਹਿਲਾਂ ਕਰਾਈਆਂ ਹੋਈਆਂ ਤੁਹਾਡੇ ਦੀਆਂ ਅਤੇ ਆ ਨਿੱਕੇ ਦੀਆਂ ਚੱਲ ਇੱਕ ਦਿਨ 'ਚ ਹੀ ਕਰਾਤੀਆਂ ਇੱਦਾਂ ਕੋਈ ਸੀਨ ਨਹੀਂ ਆ ਵੱਜੋ ਹੈਕ 'ਚ ਵੱਜੋ ਆ ਕੇ